ਕਰੀ ਫੜ ਕੇ ਸਾਡੀ ਤਾਂ ਬਾਹ ਥੱਕ ਗਈ ਦੀ ਭੈਣ ਨੂੰ ਜਾਂ ਭਰਾ ਨੂੰ ਬੁਲਾਓ। ਬੋਝ ਨਾ ਪਾ, ਚਲ ਆਪਾਂ ਬਾਹਰ ਚੱਲਦੇ ਆ, ਜਦ ਨੂੰ ਜੀਜਾ ਸ਼ਾਇਦ ਆ ਜਾਵੇ। ਗੱਲ ਤਾਂ ਉਹੀ ਹੈ, ਤੇਰੀ ਮਾਮੀ ਨੂੰ ਨਾ ਦੋ ਕੁੜੀਆਂ ਪਸੰਦ ਸੀ ਤੇ ਮੈਨੂੰ ਉਹ ਕੁੜੀਆਂ ਪਸੰਦ ਨਹੀਂ ਸੀ। ਤੇਰਾ ਨਾ ਗੁੱਸਾ ਹੋਣਾ ਬਹੁਤ ਜਾਇਜ਼ ਆ, ਮੈਂ ਨਾ ਗਲਤ ਰਾਹ ਭਟਕ ਗਿਆ ਸੀਗਾ, ਕਿਸੇ ਨੇ ਸਹੀ ਰਾਸਤੇ ਪਾਇਆ ਤਾਂ ਮੈਂ ਆਇਆ। ਤੂੰ ਕਿਹਨੂੰ ਫੋਨ ਲਾਈ ਖੜੀ ਆ, ਉਧਰ ਵਿਆਹ ਵੀ ਹੋ ਜਾਣਾ, ਚੱਲ ਤੁਰ ਹੁਣ, ਆਪਾਂ ਇੱਥੇ ਫਿਰ ਜਾਣਾ। ਮੰਮੀ ਅੱਜ ਉਹਨੂੰ ਫੋਨ ਕਰੀ ਜਾਂਦੀ ਸੀ ਪਰ ਉਹਦਾ ਨੰਬਰ ਹੀ ਨਹੀਂ ਮਿਲਦਾ ਪਿਆ। ਮੈਂ ਕਿਹਾ ਪਤਾ ਤਾਂ ਕਰਾਂ ਉਹਦੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਉੱਥੇ ਸ਼ਗਨ ਪਾਣ ਨੂੰ। ਇਹ ਚੀਜ਼ਾਂ ਸੋਚਣ ਨਾਲੋਂ ਤੂੰ ਆਹ ਚੀਜ਼ ਸੋਚੀ ਹੈ ਵੀ ਰੀਆ ਸਾਨੂੰ ਇੱਧਰ ਆ ਕੇ ਕਹਿ ਕੇ ਗਈ ਹੈ ਕਿ ਮੇਰੀ ਭੈਣ ਦਾ ਵਿਆਹ ਤੁਸੀਂ ਆਉਣਾ। ਚਲੋ ਮੰਮੀ ਹੁਣ ਆਹ ਚੀਜ਼ਾਂ ਨਾ ਸੋਚੋ, ਅਗਲੀ ਦੀ ਮਾਂ ਨੂੰ ਪਤਾ ਵੀ ਹੈ ਅਸੀਂ ਅਗਲੀ ਦੀ ਧੀ ਘਰੋਂ ਕੱਢਤੀ ਹੈ, ਫਿਰ ਵੀ ਉਹਨੇ ਸਾਨੂੰ ਮਾਣ ਨਾਲ ਬੁਲਾਇਆ ਨਾ। ਕੋਈ ਮਾਣ ਨਾਲ ਹੀ ਬੁਲਾਇਆ, ਉੱਥੇ ਉਹਨੇ ਨਵੇਂ ਕੁੜਮਾਂ ਨੂੰ ਵੀ ਤਾਂ ਦਿਖਾਉਣਾ ਕਿ ਅਸੀਂ ਪਹਿਲੇ ਕੁੜਮਾਂ ਨਾਲ ਬਣਾਈ ਹੋਈ ਹੈ। ਮੰਮੀ ਵੈਸੇ ਵੀ ਉਹਨਾਂ ਨੇ ਸਾਨੂੰ ਕਿਹਾ ਸੀ 12 ਵਜੇ ਤੱਕ ਆ ਜਾਈਓ, 2 ਤਾਂ ਇੱਥੇ ਹੀ ਵੱਜ ਗਏ ਨੇ, ਆਪਾਂ ਨੂੰ ਹੁਣ ਨਿਕਲਣਾ ਚਾਹੀਦਾ। ਲਾਵਾਂ ਫੇਰੇ ਤਾਂ ਗੁਰਦੁਆਰੇ ਹੋਣੇ ਆ, ਆਪਾਂ ਚੱਲਦੇ ਆ ਘਰ, ਸ਼ਗਨ ਫੜਾ ਕੇ ਨਾ ਆਪਾਂ ਮੁੜੇ ਆਵਾਂਗੇ। ਜਿੱਦਾਂ ਜਿੱਦਾਂ ਮੈਂ ਰੀਆ ਨੂੰ ਦੇਖੀ ਜਾਣਾ ਨਾ ਤੇ ਮੈਨੂੰ ਗੁੱਸਾ ਚੜੀ ਜਾਣਾ। ਮੰਮੀ ਤੁਸੀਂ ਮੇਰੀ ਗੱਲ ਸੁਣ ਲਓ, ਤੁਸੀਂ ਨਾ ਮੇਰੇ ਵਾਲਾ ਰੋਲ ਨਹੀਂ ਪਾਉਣਾ, ਉਹ ਮੈਨੂੰ ਪਤਾ ਉੱਥੇ ਮੈਂ ਕਿਹਦੇ ਨਾਲ ਕਿੱਦਾਂ ਖਲੇਰਾ ਪਾਉਣਾ ਮੈਂ। ਤੁਸੀਂ ਬਸ ਉੱਥੇ ਜਾ ਕੇ ਸਭ ਨੂੰ ਸਤਿ ਸ਼੍ਰੀ ਅਕਾਲ ਕਿੱਦਾਂ ਸਭ ਠੀਕ ਹੋ ਇਹੀ ਪੁੱਛਣਾ। ਪਰ ਇੱਕ ਗੱਲ ਸੁਣ ਲਾ, ਚੁਗਲੀ ਐਸੀ ਲਾਈ ਨਾ ਅਸੀਂ ਖੇਡੀਏ ਨਾ ਅਗਲਿਆਂ ਨੂੰ ਖੇਡਣ ਦਈਏ। ਨਾਲੇ ਇੱਕ ਗੱਲ ਹੋਰ, ਪ੍ਰੋਗਰਾਮ ਨਾ ਸਾਰਾ ਘਰੇ ਹੀ ਹੈ, ਗੁਰਦੁਆਰੇ ਤੇ ਕੁਝ ਵੀ ਨਹੀਂ ਹੈਗਾ। ਕਿਉਂ ਗੁਰਦੁਆਰੇ ਕਿਉਂ ਨਹੀਂ ਕੁਝ ਹੈਗਾ? ਵੱਡੇ ਜਵਾਨੀ ਨਾ ਆਪਣੀ ਸੱਸ ਅੱਗੇ ਨੰਬਰ ਬਣਾਉਣ ਵਾਸਤੇ ਉਹਨੂੰ ਸਲਾਹ ਦਿੱਤੀਏ ਕਿ ਤੁਸੀਂ ਸਾਰਾ ਕੁਝ ਨਾ ਘਰੇ ਕਰ ਲਓ, ਕਿਤੇ ਹੋਟਲਾਂ 'ਚ ਖਰਚੇ ਕਰਦੇ ਫਿਰੋਗੇ। ਬੰਦਾ ਦਿਮਾਗੀ ਹੈ, ਉਹਨੂੰ ਪਤਾ ਵੀ ਸੋਨਾ ਕੱਟਾ ਪੈਣਾ ਤੇ ਆਹ ਵਾਲੇ ਪੈਸੇ ਸੱਸ ਦੇ ਪਹੁੰਚਾ ਲੈਣੇ ਆ, ਅੱਗੇ ਜਾ ਕੇ ਫਿਰ ਖਾਵਾਂਗੇ। ਮੰਮੀ ਲੋਕਾਂ ਦੇ ਮੁੰਡੇ ਵੇਖ ਲਓ ਕਿੱਥੋਂ ਦੇ ਕਿੱਥੇ ਪਹੁੰਚ ਗਏ ਨੇ, ਇੱਕ ਸਾਡੇ ਵਾਲਾ ਕਿਰਾਏ ਦੇ ਧੱਕੇ ਖਾਈ ਜਾਂਦਾ। ਚੱਲ ਤੁਰ ਫਿਰ, ਸਿੱਧਾ ਹੁਣ ਨਾ ਦਰਾਂ 'ਚ ਵੱਜਦੇ ਆ, ਜਾ ਕੇ ਦੇਖਦੇ ਆ ਘਰੇ ਕੀ ਮਾਹੌਲ ਹੈ। ਅੱਜੋ ਹੋ ਗਿਆ ਤਿਆਰ, ਤੇ ਬਾਕੀ ਜਾਣੇ ਕਿੱਥੇ ਨੇ? ਬਰਾਤ ਤੁਹਾਡੇ ਬਰਾਂਡੇ 'ਚ ਬੈਠੀ ਆਈ। ਬਰਾਤ ਤਾਂ ਲੋਕੀ ਦੀ ਦਰਾਂ 'ਚ ਖੜੀ ਕਰਦੇ ਨੇ, ਤੁਸੀਂ ਸਿੱਧਾ ਬਰਾਂਡੇ 'ਚ ਹੀ ਬਿਠਾ ਤੀ।
ਬਰਾਤ ਨੂੰ ਕਿਹੜਾ ਭਰਾਵਾ, 50-60 ਬੰਦੇ ਨੇਗੇ, 4 ਬੰਦੇ ਤੁਸੀਂ ਹੋ, 4 ਉਹ ਨੇਗੇ, 10 ਬੰਦੇ ਦਰਾਂ 'ਚ ਖੜੇ ਸੋਹਣੇ ਲੱਗਦੇ ਨੇ। ਪ੍ਰੀਤ ਨੇ ਦੀਦੀ ਨਾਲ ਦੇ ਕਮਰੇ 'ਚ ਤਿਆਰ ਹੁੰਦੀ ਪਈ ਆ, ਤੁਸੀਂ ਇਹਨਾਂ ਨੂੰ ਦੇਖ ਲਓ, ਮੈਂ ਬਾਹਰ ਬਰਾਤ ਨੂੰ ਦੇਖ ਲੈਂਦਾ। ਬੀਬੀ ਮੈਂ ਸੋਚਿਆ ਕਿ ਆਪਾਂ ਹੀ ਲੇਟ ਹਾਂ, ਇੱਥੇ ਤਾਂ ਹਲੇ ਤੱਕ ਕੋਈ ਤਿਆਰੀਆਂ ਵੀ ਨਹੀਂ ਹੋਈਆਂ। ਪੁੱਤ ਕੱਲੀ ਕੁੜੀ ਹੈ ਮੇਰੀ, ਉਹਨੇ ਕੱਲੀ ਨੇ ਸਾਰਾ ਕੁਝ ਕਰਨਾ ਹੁੰਦਾ ਹੈ, ਤੇ ਕੁੜੀ ਤਿਆਰ ਹੋ ਰਹੀ ਹੈ, ਆ ਰਹੀ ਹੈ ਕੁੜੀ ਬਾਹਰ। ਕੋਈ ਗੱਲ ਨਹੀਂ ਬੀਬੀ, ਅੱਜ ਤੁਸੀਂ ਕਰ ਲਓ ਜਿੰਨੀਆਂ ਤਿਆਰੀਆਂ ਕਰਨੀਆਂ, ਮੁੜ ਕੇ ਅਸੀਂ ਕੁੜੀ ਲੈ ਹੀ ਜਾਣੀ ਹੈ। ਹਾਂ ਪੁੱਤ, ਹੁਣ ਤਾਂ ਤੁਹਾਡੀ ਹੈ, ਥੋੜ੍ਹੀ ਦੇਰ ਬਾਅਦ ਚੁੰਨੀ ਚੜਾਓ ਤਾਂ ਲੈ ਜਾਓ। ਸੋਨੀਆ ਆ ਦੇਖ ਲੈ, ਮੇਰੀ ਧੀ ਰਾਣੀ ਲੱਗਦੀ ਹੈ, ਹੁਣ ਅੱਗੇ ਜਿੱਦਾਂ ਤੂੰ ਕਹੇਂਗੀ ਉੱਦਾਂ ਆਪਾਂ ਕਰ ਲਵਾਂਗੇ। ਕਰਨਾ ਕੀ ਆਂਟੀ, ਬਾਹਰ ਕੁੜੀ ਨੂੰ ਡਿੱਕੀ ਜਾਂਦੇ ਨੇ, ਚਲੋ ਆਪਾਂ ਬਾਹਰ ਲੈ ਕੇ ਚੱਲਦੇ ਹਾਂ ਕੁੜੀ ਨੂੰ, ਤੇ ਚੁੰਨੀ ਚੜਾਵਾ ਕਰੀਏ ਤੇ ਕੰਮ ਨਿਬੜਦਾ ਹੋਵੇ। ਨਾ ਨਾ, ਕੰਮ ਨਿਬੇੜਨ ਵਾਲਾ ਨਾ ਕਰ, ਕੰਮ ਤੂੰ ਉਹ ਕਰੀ ਜਿਹਦੇ ਵਿੱਚ ਸ਼ੋਭਾ ਹੋਵੇ। ਨਹੀਂ ਆਂਟੀ, ਮੇਰਾ ਕਹਿਣ ਦਾ ਮਤਲਬ ਉਹ ਨਹੀਂ ਸੀ, 3 ਵੱਜ ਗਏ ਨੇ, ਮੈਂ ਸੋਚਦੀ ਸੀ ਵੀ ਦਿਨ ਖੜੇ ਖੜੇ ਕੰਮ ਹੋ ਜਾਏ ਸਾਰਾ। ਚੱਲ ਫਿਰ ਤੂੰ ਲਿਆ ਕੁੜੀ ਨੂੰ, ਮੈਂ ਤੇ ਪਵਨ ਚੱਲਦੇ ਹਾਂ। ਆ ਪਵਨ ਚੱਲੀਏ। ਸਤਿ ਸ਼੍ਰੀ ਅਕਾਲ ਭੈਣ ਜੀ, ਆ ਗਏ ਭੈਣ ਜੀ ਤੁਸੀਂ। ਭੈਣ ਜੀ ਸਾਨੂੰ ਆਇਆ ਤਾਂ ਅੱਧਾ ਘੰਟਾ ਵੀ ਹੋ ਗਿਆ, ਤੁਸੀਂ ਕੁੜੀ ਕਿੱਥੇ ਲੁਕੋ ਕੇ ਰੱਖੀ ਹੈ, ਉਹਨੂੰ ਬਾਹਰ ਭੇਜਣਾ ਵੀ ਹੈ ਕਿ ਨਹੀਂ? ਦੇਖਿਆ ਜਸਮੀਨ, ਪੁਰਾਣੇ ਕੁੜਮਾਂ ਨੂੰ ਦੂਰੋਂ ਸਤਿ ਸ਼੍ਰੀ ਅਕਾਲ, ਤੇ ਨਵਿਆਂ ਨੂੰ ਜੱਫੀਆਂ ਪਾਪਾ ਮਿਲਦੀ ਆ। ਮੰਮੀ ਆ ਗੀਤਾ ਨਾਲ ਨਾ ਮੇਰੀ ਇਸ਼ਾਰੇ ਇਸ਼ਾਰੇ 'ਤੇ ਸਤਿ ਸ਼੍ਰੀ ਅਕਾਲ ਹੋਈ ਹੈ, ਇਹਨੂੰ ਬਾਹਰ ਤਾਂ ਮਿਲਣ ਦਿਉ, ਕਰਦੀ ਇਹਦੇ ਨਾਲ ਜ਼ਰਾ ਮੈਂ ਗੱਲ। ਸਤਿ ਸ਼੍ਰੀ ਅਕਾਲ ਜੀ। ਬਸ ਬਸ ਪੁੱਤ ਤੂੰ ਬੈਠਾ ਰਹਿ, ਬਹਿ ਜਾ। ਮਾਸੀ ਜੀ ਲੱਗਦਾ ਕੁੜੀ ਏਦਾਂ ਨਹੀਂ ਬਾਹਰ ਆਣੀ, ਮੈਨੂੰ ਜਾਣਾ ਹੀ ਪੈਣਾ ਉਹਨੂੰ ਲੈਣ ਵਾਸਤੇ। ਧੀਏ ਤੇਰਾ ਆਪਣਾ ਘਰ ਹੈ, ਜੇ ਜ਼ਿਆਦਾ ਕਾਹਲੀ ਹੈ ਭਰਜਾਈ ਨੂੰ ਮਿਲਣ ਦੀ, ਅੱਲਾ ਮੈਂ ਪਿੱਛੇ ਹਟ ਜਾਂਦੀ ਹਾਂ, ਜਾ ਕੇ ਤੂੰ ਲਿਆ। ਬਸ ਇੱਥੋਂ ਦੀ ਤੁਹਾਡੀ ਜ਼ਿੰਮੇਵਾਰੀ ਖਤਮ, ਹੁਣ ਸਾਡੀ ਜ਼ਿੰਮੇਵਾਰੀ ਹੈ।
ਅੰਦਰ ਇੰਨਾ ਵਧੀਆ ਮਾਹੌਲ ਸੀਗਾ, ਤੂੰ ਇੱਕੋ ਦਮ ਬਾਹਰ ਆ ਕੇ ਮੂੰਹ ਸੁੱਟ ਕੇ ਖੜ ਗਿਆ, ਕੀ ਹੋਇਆ? ਉਹ ਭੈਣ ਜਾ ਰਹੀ ਹੈ ਨਾ, ਫਿਰ ਘਰ ਸੁੰਨਾ ਸੁੰਨਾ ਹੋ ਜੂਗਾ, ਤਾਂ ਟੈਨਸ਼ਨ ਜੀ ਲਈ ਬੈਠਾ ਮੈਂ। ਦੇਖ ਪਵਨ, ਇੰਨੀ ਟੈਨਸ਼ਨ ਨਹੀਂ ਲਈ ਦੀ ਹੁੰਦੀ, ਜਦ ਮੈਂ ਨਿੱਕਾ ਜਿਹਾ ਸੀਗਾ ਨਾ, ਮੇਰੀ ਜੈਸਮੀਨ ਭੈਣ ਦਾ ਵਿਆਹ ਹੋਇਆ ਸੀ ਤਾਂ ਮੈਂ ਵੀ ਦਿਲ ਛੱਡ ਕੇ ਖੜ ਗਿਆ ਸੀ ਕਿ ਮੈਂ ਭੈਣ ਤੋਂ ਬਿਨਾਂ ਕਿੱਦਾਂ ਰਹੂੰਗਾ, ਮੇਰਾ ਤਾਂ ਸਾਰਾ ਸਾਥ ਦਿੰਦੀ ਸੀ ਉਹ, ਹੁਣ ਮੇਰਾ ਸਾਥ ਕੌਣ ਦਊਗਾ? ਪਰ ਇੱਕ ਗੱਲ ਕਹਾਂ, ਹੁਣ ਮੈਂ ਸੋਚਦਾ ਜੇ ਭੈਣ ਨਾ ਹੁੰਦੀ ਨਾ ਤਾਂ ਜ਼ਿਆਦਾ ਚੰਗਾ ਹੁੰਦਾ। ਉਹ ਨਾ ਨਾ ਜੀਜਾ ਜੀ, ਇੱਕ ਭੈਣ ਦੇ ਵਾਸਤੇ ਭਰਾ ਅਤੇ ਭਰਾ ਦੇ ਵਾਸਤੇ ਭੈਣ, ਇਹਨਾਂ ਦੋਨਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਤਾਂ ਔਖੇ ਵੇਲੇ ਇੱਕ ਦੂਜੇ ਦੇ ਕੰਮ ਆਉਂਦੇ ਨੇ, ਇੱਕ ਰੱਖੜੀ ਵਾਲੇ ਦਿਨ ਐਵੇਂ ਫਿਰ ਇੱਕ ਦੂਜੇ ਦਾ ਮੂੰਹ ਦੇਖਣਾ ਪੈਂਦਾ, ਨਾਲੇ ਰਿਸ਼ਤੇਦਾਰ ਦੇ ਵਿੱਚ ਨਾ ਫਿਰ ਬਾਅਦ 'ਚੋਂ ਕਲੇਸ਼ ਪੈਂਦਾ, ਅਸੀਂ ਆਪਣਾ ਬੱਚਾ ਨਹੀਂ ਭੇਜਣਾ ਜਾਂ ਅਸੀਂ ਆਪਣੀ ਭੈਣ ਭਰਾ ਨਹੀਂ ਭੇਜਣਾ ਰੱਖੜੀ ਬੰਨਣ ਵਾਸਤੇ। ਨਾਲੇ ਇੱਕ ਗੱਲ ਹੋਰ, ਤੁਹਾਡੇ ਘਰ ਮੈਨੂੰ ਪਤਾ ਇਸ ਟਾਈਮ ਕੀ ਮਾਹੌਲ ਚੱਲਦਾ ਪਿਆ, ਤਾਂ ਕਰਕੇ ਤੁਸੀਂ ਕਹਿੰਦੇ ਹੋ ਵੀ ਮੇਰੀ ਭੈਣ ਨਾ ਹੀ ਹੁੰਦੀ। ਮੈਂ ਤਾਂ ਦੇਖ ਇਹੀ ਕਹਿੰਦਾ ਕਿ ਤੁਹਾਡਾ ਤਿੰਨਾਂ ਭੈਣ ਭਰਾਵਾਂ ਦਾ ਨਾ ਆਪਸੀ ਪਿਆਰ ਬਣਿਆ ਰਹੇ, ਜਿਹੜੀ ਮੇਰੀ ਭੈਣ ਆ ਉਹਨੂੰ ਪਹਿਲਾਂ ਵਰਗੀ ਬਣਾ ਕੇ ਰੱਬ ਵਾਪਸ ਕਰ ਦੇਵੇ। ਉਹ ਜੀਜਾ ਜੀ, ਭੈਣ ਭਰਾ ਆਪਸ 'ਚ ਲੜਦੇ ਹੀ ਰਹਿੰਦੇ ਨੇ, ਜੇ ਲੜਾਈ ਨਹੀਂ ਹੋਊਗੀ ਤਾਂ ਪਿਆਰ ਕਿੱਦਾਂ ਵਧੂਗਾ? ਚਲੋ ਇਸ ਟਾਈਮ ਤੁਹਾਡੇ ਘਰ ਦੇ ਮਾਹੌਲ ਦੇ ਹਿਸਾਬ ਨਾਲ ਤੁਹਾਡਾ ਦੋਨਾਂ ਭੈਣ ਭਰਾਵਾਂ ਦਾ ਝਗੜਾ ਚੱਲਦਾ ਪਿਆ, ਪਰ ਅੱਜ ਨਹੀਂ ਤਾਂ ਕੱਲ੍ਹ ਨਾ ਸਭ ਕੁਝ ਠੀਕ ਹੋ ਜਾਊਗਾ। ਤੈਨੂੰ ਪਤਾ ਆਹ 2 ਮਹੀਨੇ ਤੱਕ ਨਾ ਹੁਣ ਰੱਖੜੀ ਆ ਰਹੀ ਆ, ਅੱਜ ਤੱਕ ਇਹ ਗੁੱਟ ਨਾ ਸੁੰਨਾ ਨਹੀਂ ਰਿਹਾ, ਮੈਨੂੰ ਡਰ ਆ ਇਸ ਵਾਰੀ ਗੁੱਟ ਸੁੰਨਾ ਨਾ ਰਹਿ ਜੇ। ਤੁਸੀਂ ਜੀਜਾ ਸਾਲਾ ਬਾਹਰ ਖੜ ਕੇ ਕਿਹੜੇ ਦੁੱਖ ਸੁੱਖ ਕਰੀ ਜਾਂਦੇ ਹੋ? ਅੰਦਰ ਮੁੰਡੇ ਵਾਲੇ ਆਏ ਬੈਠੇ, ਤੁਹਾਨੂੰ ਦੋਨਾਂ ਨੂੰ ਨਹੀਂ ਪਤਾ ਵੀ ਅੰਦਰ ਕਿੰਨਾ ਕੰਮ ਹੈ? ਕੁਛ ਨਹੀਂ ਭੈਣੇ, ਉਹ ਨਾ ਗਲੀ ਦੇ ਵਿੱਚੋਂ ਲੰਘਾ ਔਖਾ ਹੁੰਦਾ ਸੀਗਾ, ਤੇ ਉਹ ਸਕੂਟਰੀ ਮੋਟਰਸਾਈਕਲ ਨਾ ਮੈਂ ਤੇ ਜੀਜਾ ਜੀ ਸਾਈਡ ਤੇ ਕਰਨ ਆਏ ਸੀਗੇ। ਚਲੋ ਠੀਕ ਹੈ, ਤੂੰ ਹੁਣ ਚੱਲ ਅੰਦਰ, ਮੰਮੀ ਬੁਲਾਉਂਦੇ ਪਏ ਨੇ, ਭਰਾ ਵਾਲੇ ਜਿਹੜੇ ਵੀ ਰਸਮ ਰਿਵਾਜ ਹੁੰਦੇ ਪੂਰੇ ਕਰ। ਹਾਂ ਜਾਨ। ਜਦੋਂ ਤੇ ਤੁਸੀਂ ਉਧਰੋਂ ਆਏ ਹੋ ਨਾ, ਮੈਨੂੰ ਐ ਲੱਗਦਾ ਪਿਆ ਕਿ ਤੁਸੀਂ ਮੇਰੇ ਤੋਂ ਕੋਈ ਗੱਲ ਲੁਕੋ ਰਹੇ ਹੋ। ਆਜੋ ਦੀਦੀ, ਮੈਨੂੰ ਪਤਾ ਵਾਸ਼ਰੂਮ ਕਿੱਥੇ। ਦੋਨੋਂ ਨਨਾਣ ਭਰਜਾਈ ਇੱਕ ਦੂਜੇ ਨੂੰ ਤਾਂ ਇੱਦਾਂ ਦੇਖਦੀ ਹੈ ਜਿਵੇਂ ਅਰਸੇ ਬਾਅਦ ਦੇਖਿਆ ਹੁੰਦਾ। ਰੀਆ ਤੂੰ ਜਾ ਅੰਦਰ, ਇੱਧਰ ਆਓ, ਤੁਹਾਨੂੰ ਹਲੇ ਸਾਰੀ ਗੱਲ ਦੱਸਣੀ ਹੈ ਮੈਂ। ਕੀ ਹੋਇਆ ਜੈਸਮੀਨ, ਤੁਸੀਂ ਕੀ ਦੱਸਣਾ ਮੈਨੂੰ? ਦੇਖੋ ਗੱਲ ਤਾਂ ਤੁਹਾਨੂੰ ਸੁਣਨ 'ਚ ਭਾਵੇਂ ਬੁਰੀ ਲੱਗੇ, ਪਰ ਗੱਲ ਨਾ ਤੁਹਾਡੇ ਫਾਇਦੇ ਦੀ ਹੈ। ਨਹੀਂ ਨਹੀਂ, ਬੁਰੀ ਕਿਉਂ ਲੱਗਣੀ ਹੈ, ਜੇ ਮੇਰੇ ਫਾਇਦੇ ਦੀ ਹੈ ਤਾਂ ਦੱਸੋ। ਰੀਆ ਤੇ ਪ੍ਰੀਤ ਦੀ ਮਾਂ ਜਿੰਨੇ ਆਪਣੀ ਕੁੜੀਆਂ 'ਚ ਗੁਣ ਦੱਸਦੀ ਹੈ ਨਾ, ਉਹਨੇ ਹੈ ਨਹੀਂ। ਸਾਡਾ ਤਾਂ ਦੀਦੀ ਘਰ ਖਰਾਬ ਹੋਇਆ ਹੀ ਹੋਇਆ, ਮੈਂ ਕਹਿੰਦੀ ਤੁਹਾਡਾ ਨਾ ਹੋ ਜਾਵੇ। ਦੇਖ ਭੈਣੇ ਡਰਾ ਨਾ, ਮੇਰਾ ਇੱਕੋ ਇੱਕ ਭਰਾ ਹੈ, ਮੈਨੂੰ ਸਿੱਧੀ ਸਿੱਧੀ ਗੱਲ ਸਮਝਾ। ਮੇਰੇ ਭਰਾ ਨੂੰ ਨਾ ਵਿਆਹ ਤੋਂ ਦੂਜੇ ਦਿਨ ਹੀ ਭੜਕਾ ਕੇ ਸਾਡੇ ਖਿਲਾਫ਼ ਕਰਤਾ ਅਤੇ ਕਿਰਾਇਆਂ 'ਤੇ ਧੱਕੇ ਖਾਂਦੀ ਪਈ ਹੈ। ਅੱਛਾ, ਤਾਂ ਹੀ ਤੁਸੀਂ ਨਨਾਣ ਭਰਜਾਈ ਇੱਕ ਦੂਜੇ ਨੂੰ ਦੇਖ ਕੇ ਘੂਰੀਆਂ ਵੱਟਦੀਆਂ ਪਈਆਂ ਸੀ। ਦੀਦੀ ਰੀਆ ਤੇ ਨਾ ਲੜਨ 'ਚ ਬੜੀ ਚਲਾਕ ਹੈ, ਹੁਣ ਤੁਹਾਡੇ ਪਤਾ ਨਹੀਂ ਕਿੱਦਾਂ ਦੀ ਹੋਊਗੀ, ਮੈਂ ਤੇ ਕਹਿੰਦੀ ਜਾਂਦੇ ਉਹਨੂੰ ਹੱਥਾਂ ਹੇਠ ਲੈ ਲਿਓ। ਅੱਜੂ ਵੀ ਨਾ ਆਪਣੇ ਸਹੁਰਿਆਂ ਦਾ ਜ਼ਿਆਦਾ ਹੀ ਕਰਦਾ, ਜਦੋਂ ਸਾਡੇ ਘਰ ਆਇਆ ਸੀ ਮੇਰੇ ਭਰਾ ਨੂੰ ਦੇਖਣ ਜ਼ਿਆਦੀਆਂ ਹੀ ਚਲਾਕੀਆਂ ਘੋਟਦਾ ਪਿਆ ਸੀ। ਸਾਨੂੰ ਤੇ ਨਾ 1 ਰੁਪਏ ਦਾ ਕੁਝ ਵੀ ਨਹੀਂ ਦਿੱਤਾ, ਅਸੀਂ ਤਾਂ ਤਾਂ ਵੀ ਚੁੱਪ ਹਾਂ। ਅਸੀਂ ਤਾਂ ਵਿਚੋਲਨ ਨੂੰ ਪਹਿਲੇ ਹੀ ਕਹਿਤਾ ਸੀ ਕਿ ਸਾਨੂੰ ਸੋਨਾ ਗੱਟਾ ਅਤੇ ਕੈਸ਼ ਚਾਹੀਦਾ, ਵਿਚੋਲਨ ਵੀ ਮੰਨ ਗਈ, ਕਹਿੰਦੇ ਉਹ ਦੇ ਦੇਣਗੇ। ਤੁਸੀਂ ਤਾਂ ਹੁਣੇ ਹੀ ਦੇਖ ਲਿਓ, ਜਦੋਂ ਚੁੰਨੀ ਚੜਾਵਾ ਕਰੋਗੇ ਇਹਦੀ ਮਾਂ ਨੇ ਕਹਿਣਾ ਸਾਡੇ ਕੋਲ ਤਾਂ ਬਸ ਧੀ ਹੈਗੀ, ਅਸੀਂ ਤਾਂ ਕੁਛ ਦੇ ਨਹੀਂ ਸਕਦੇ, ਸਾਡੇ ਨਾਲ ਵੀ ਇਹੀ ਡਰਾਮੇ ਕੀਤੇ ਸੀ। ਮੇਰੇ ਤਾਂ ਸੁਣਨ ਵਿੱਚ ਇਹੀ ਆਇਆ
ਕਿ ਤੁਸੀਂ ਜ਼ਿਆਦਾ ਕਾਹਲੀ ਕੀਤੀ ਹੈ, ਇਹਨਾਂ ਨੂੰ ਤੁਸੀਂ ਤਿਆਰੀ ਕਰਨ ਦਾ ਮੌਕਾ ਨਹੀਂ ਦਿੱਤਾ। ਮੈਨੂੰ ਤਾਂ ਲੱਗਦਾ ਇਹ ਵੀ ਗੱਲ ਨਾ ਤੁਹਾਨੂੰ ਵਿਚੋਲਣ ਨੇ ਕਹੀ ਹੋਣੀ ਆ, ਆ ਫੱਫੇ ਕੁੱਟਣੀ ਨਾ ਜ਼ਿਆਦਾ ਹੀ ਝੂਠ ਬੋਲਦੀ ਹੈ। ਅਸੀਂ ਤਾਂ ਸਾਰਾ ਕੁਛ ਦੇਖ ਪਰਖ ਕੇ ਲੈਣ ਦੇਣ ਦੀ ਗੱਲ ਕਰਕੇ ਫਿਰ ਅਸੀਂ ਆਪਣਾ ਮੁੰਡਾ ਵਿਆਹਣ ਆਏ ਹਾਂ, ਰਿਸ਼ਤੇਦਾਰ ਨਾ ਸਹੀ, ਆਂਢ ਗੁਆਂਢ ਤਾਂ ਦੇਖੇਗਾ ਹੀ। ਸਾਨੂੰ ਤਾਂ ਬਸ ਸੋਚਣ ਦਾ ਟਾਈਮ ਹੀ ਨਹੀਂ ਮਿਲਿਆ, ਮੇਰਾ ਭਰਾ ਤਾਂ ਰੀਆ ਨੂੰ ਵੇਖ ਕੇ ਡੋਲੀ ਗਿਆ, ਕਹਿੰਦਾ ਮੈਂ ਤਾਂ ਇਹੀ ਲੈ ਕੇ ਜਾਣੀ ਹੈ। ਮੈਂ ਤਾਂ ਆਪਣੇ ਭਰਾ ਨੂੰ ਕੁਛ ਨਹੀਂ ਕਹਿਣਾ, ਉਹਨੇ ਕਹਿਣਾ ਭੈਣ ਵਿੱਚ ਠੁੰਗੇ ਮਾਰਦੀ ਹੈ। ਮੈਂ ਤਾਂ ਆਪਣੀ ਮਾਂ ਨੂੰ ਹੀ ਸਮਝਾਵਾਂਗੀ ਕਿ ਕੁੜੀ 'ਤੇ ਕੰਟਰੋਲ ਰੱਖੇ। ਮੈਂ ਵੀ ਆਪਣੇ ਭਰਾ ਨੂੰ ਕਿਹਾ ਸੀ ਇਹਦੇ 'ਤੇ ਕੰਟਰੋਲ ਰੱਖੀ, ਉਹ ਤਾਂ ਸਾਡਾ ਮੁੰਡਾ ਹੀ ਕੰਟਰੋਲ 'ਚ ਲੈ ਗਈ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਨਾ ਇਸ ਪਰਿਵਾਰ 'ਤੇ ਚਾਨਣ ਕਰਵਾ ਤਾ। ਮੈਂ ਤਾਂ ਆਪਣੀ ਮੰਮੀ ਨੂੰ ਇਹੀ ਕਹਾਂਗੀ ਕਿ ਕੁੜੀ ਰਹਿਣ ਦਿਓ, ਕੀ ਕਰਨੀ ਹੈ ਲੈ ਜਾ ਕੇ, ਜੇ ਛੋਟੀ ਤੰਗ ਕਰ ਸਕਦੀ ਹੈ ਤਾਂ ਵੱਡੀ ਵੀ ਤਾਂ ਕਰੇਗੀ। ਕਰਦੀ ਹਾਂ ਮੈਂ ਮਾਂ ਨਾਲ ਗੱਲ ਕਿ ਸਾਨੂੰ ਰਿਸ਼ਤਾ ਨਹੀਂ ਚਾਹੀਦਾ। ਬਸ ਇਹੀ ਕਰਨਾ ਸੀ ਜੈਸਮੀਨ ਨੇ, ਜੋ ਕਿ ਮੇਰਾ ਕੰਮ ਬੜੀ ਜਲਦੀ ਹੋ ਗਿਆ। ਗੀਤਾ ਤੂੰ ਬਾਹਰ ਖੜੀ ਕੀ ਕਰੀ ਜਾਂਦੀ ਹੈ, ਜਲਦੀ ਆ ਕੁੜੀ ਦਾ ਸ਼ਗਨ ਕਰੀਏ ਤੇ ਲੈ ਕੇ ਚੱਲੀਏ। ਮੰਮੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਗੱਲ ਗੁੱਲ ਬਾਅਦ ਵਿੱਚ ਕਰਾਂਗੇ, ਪਹਿਲੇ ਚੱਲ ਆ ਚੁੰਨੀ ਫੜ। ਭੈਣ ਜੀ ਸਾਡੀਆਂ ਮੁੰਦੀਆਂ, ਇਹਨਾਂ ਦੀ ਕੀ ਲੋੜ ਸੀਗੀ? ਪੁੱਤ ਭੈਣ ਦਾ ਨਾ ਅਟੈਚੀ ਚੈੱਕ ਕਰ ਲਾ, ਕੋਈ ਸਮਾਨ ਤਾਂ ਨਹੀਂ ਕੁੜੀ ਦਾ ਬਾਹਰ ਰਹਿ ਗਿਆ? ਨਾ ਨਾ ਭੈਣ ਜੀ, ਜਿੰਨਾ ਮੈਂ ਤੋਂ ਸਰਿਆ ਉਹਨਾਂ ਦਾ ਮੈਂ ਦਊਂਗੀ ਨਾ। ਚਲੋ ਪੁੱਤ ਪਾਓ ਰਿੰਗ ਇੱਕ ਦੂਸਰੇ ਦੇ, ਕਿਹਨੂੰ ਉਡੀਕ ਦਿਓ? ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ।
ਕੁੜੀਆਂ ਖੁਸ਼ੀ ਖੁਸ਼ੀ ਆਪਣੇ ਘਰ ਜਾ। ਭੈਣ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਪੁੱਤ ਮੇਰੀ ਧੀ ਨੂੰ ਨਾ ਖੁਸ਼ ਰੱਖੀ। ਭੈਣ ਜੀ ਹੁਣ ਨਾ ਤੁਸੀਂ ਪਹਿਲਾਂ ਰੋਟੀ ਪਾਣੀ ਖਾ ਲਓ, ਫਿਰ ਆਪਾਂ ਡੋਲੀ ਤੋਰਦੇ। ਆਜਾ ਆਜਾ ਆਪਣੇ ਘਰ ਕਿਉਂ ਸ਼ਰਮਾਨੀ। ਪਵਨ ਉਹ ਤੇ ਜਲਦੀ ਜਲਦੀ ਟੈਚੀ ਗੱਡੀ ਚ ਰੱਖੋ, ਲੇਟ ਹੋ ਰਹੇ ਆ। ਕੀ ਗੱਲ ਪੁੱਤ, ਤੂੰ ਉਸੀ ਘਰ ਦਾ ਵਿਆਹ ਛੱਡ ਕੇ ਕਿੱਧਰ ਚਲੇ ਗਏ ਸੀਗੇ? ਮੇਰੀ ਨਾ ਭਤੀਜੀ ਆਈ ਹੋਈ ਆ 2 ਦਿਨ ਵਾਸਤੇ, ਉਹ ਨਾ ਸ਼ਰਮਾਉਂਦੀ ਪਈ ਸੀ, ਉਹਨੂੰ ਲੈਣ ਗਈ ਸੀ। ਲੋ ਤੁਸੀਂ ਉਹਨੂੰ ਦੱਸਿਆ ਹੀ ਨਹੀਂ ਕਿ ਸਾਡਾ ਗੁਆਂਢ ਮੱਥੇ ਇੰਨਾ ਪਿਆਰ ਹੈ, ਹੁਣ ਉਹ ਆ ਰਹੀ ਹੈ ਕਿ ਨਹੀਂ ਆ ਰਹੀ? ਹਾਂਜੀ ਉਹ ਵੇਖੋ ਆਉਂਦੀ ਪਈ ਆ। ਚੱਲ ਪੁੱਤ ਫਿਰ ਆ ਅੰਦਰ ਚੱਲੀਏ, 50 ਕੰਮ ਹੈਗੇ ਆ। ਤੂੰ ਮੰਮਾ ਜੀ ਜੈ ਜੀ ਫਸ ਗਏ, ਚੱਲ ਇੱਦਾਂ ਹੀ ਜਾਣਦੇ, ਤੁਹਾਨੂੰ ਦਿੱਖਦਾ ਨਹੀਂ ਹੈਗਾ।